ਲੜਾਈ ਤਾਂ ਸ਼ੁਰੂ ਤੋਂ ਹੀ ਕਰਦੇ ਜੀ, ਸ਼ੁਰੂ ਤੋਂ ਹੀ ਕਰਦੀ ਹੁੰਦੀ ਸੀ ਤਾਂ ਇਹਨੇ ਉਹਨੇ ਚੱਲ ਜਾਣਾ ਫੇਰ ਆ ਜਾਣਾ, ਫੇਰ ਜੇ ਇਹਨੇ ਲੈਣ ਚੱਲ ਜਾਣਾ ਫੇਰ ਆ ਜਾਣਾ। ਇੱਕ ਵਾਰ ਕੁੜੀ ਵੀ 6 ਮਹੀਨੇ ਦੀ ਛੱਡ ਗਈ ਸੀਗੀ। ਅੱਛਾ ਜੀ। ਇਹ ਫੇਰ ਉਹਦੇ ਮਗਰ ਚੜ ਗਏ ਨੇ। ਮੈਂ ਕਿਹਾ ਵੀ ਮੈਂ ਤਾਂ ਰਹਿਣ ਦੇ, ਮੈਂ ਬੰਦਗੀ ਰੱਖੀ, ਇਹ ਤੂੰ ਨਾ ਜਾ। ਇਹ ਤੂੰ ਮੁੰਡਾ ਇਹਨੇ ਅੱਗੇ ਮਾਰਿਆ ਤਾਂ ਦੂਜਾ ਮੁੰਡੇ ਦਾ ਨਾਂ ਸੀਗੀ ਕਿਸੇ ਨਾਲ ਦੋ ਮੁੰਡੇ ਮਾਰ ਚੜ ਗਏ। ਮਾਂ ਕਹਿੰਦੀ ਇੱਥੇ ਇਹਨੂੰ ਲਿਆ, ਮਾਂ ਨੇ ਕੁਛ ਵੀ ਨਹੀਂ ਕਿਹਾ। ਕੁੜੀ ਨਹੀਂ ਸੀ ਲੈਂਦੇ, ਇਹ ਕੁੜੀ 6 ਮਹੀਨਿਆਂ ਦੀ ਜੇ ਛੱਡਿਆ ਜੀ। ਇਹ ਆ ਗਏ, ਇਹ ਰਾਤ ਕਿਸੇ ਦੇ ਘਰ ਜਾ ਕੇ ਬੱਚ ਕੇ ਆ ਗਿਆ ਬਚਾਰੀ। ਨਹੀਂ ਘਰ ਚ ਅੱਗੇ ਵੀ ਝਗੜਾ ਇਦਾਂ ਹੀ ਚੱਲਦਾ ਰਹਿੰਦਾ ਸੀ। ਅੱਛਾ ਜੀ। ਕਿਉਂ ਵਿਆਹੀ ਆ? ਕਿੰਨੇ ਚਿਰ ਹੋ ਗਏ ਮੈਰਿਜ? ਵਿਆਹ ਨੂੰ ਕਿੰਨਾ ਕੁ ਟਾਈਮ ਹੋ ਗਿਆ ਹੋਣਾ ਤਕਰੀਬਨ? 16-17 ਸਾਲ। 16-17 ਸਾਲ ਜ਼ਿਆਦਾ, 17 ਸਾਲ ਦਾ ਮੁੰਡਾ ਹੀ। ਹਾਂ, 15 ਸਾਲ ਕੇ ਸਮੇਂ। ਕਿੰਨੇ ਬੱਚੇ ਸੀਗੇ ਟੋਟਲ ਉਹਨਾਂ ਦੇ? ਮੇਰੇ ਤਿੰਨ ਬੱਚੇ ਸੀਗੇ। ਹਾਂਜੀ। ਜਿਨ ਸੁਸਾਇਡ ਕਿਤੇ ਕੀਤਾ ਕਿ ਜਿੱਥੇ ਕੀਤੇ ਸੁਸਾਇਡ ਕਿੱਥੇ ਕੀਤਾ? ਉਹਨਾਂ ਅੰਦਰ ਕੀਤਾ। ਅੰਦਰ ਮੈਂ ਨਹੀਂ, ਮੈਂ ਕੰਮ ਤੇ ਗਈ। ਅੱਛਾ ਜੀ। ਮੈਂ ਹੁਣੇ ਲੱਗੀ ਸੀ ਕੰਮ। ਤੁਸੀਂ ਕਦੋਂ ਪੁਲਿਸ ਨੂੰ ਇਤਲਾਹ ਦਿੱਤੀ ਸੀਗੀ ਕਿ ਇਦਾਂ ਜਿਹੜੀ ਘਟਨਾ ਵਾਪਰ ਗਈ ਤੁਹਾਡੇ ਘਰ 'ਚ? ਮੈਂ ਹੈ ਨਹੀਂ ਸੀ, ਮੈਂ ਬਿਲਕੁਲ ਮੈਨੂੰ ਲੈ ਕੇ ਆਇਆ, ਮੈਨੂੰ ਕਹਿੰਦੇ ਠੀਕ ਨੇਗਾ ਤੇ ਬਹੋਸ਼ ਹੋਇਆ ਤੇ ਮੈਂ ਆਈ ਨੇ ਮੁੱਕਾ ਸੀ। ਮੈਨੂੰ ਨਹੀਂ ਪਤਾ, ਮੇਰੇ ਮਗਰ ਦੀ ਗੱਲ ਮੈਂ ਚੱਲ ਗਈ। ਜਿੱਦਾਂ ਘਰੇ ਝਗੜਾ ਹੋ ਗਿਆ ਤਾਂ ਮੰਮੀ ਦਾ ਵੀ ਚਲੇ ਗਿਆ, ਜਿੱਦਾਂ ਮਤਲਬ ਲੜ ਕੇ ਇਹਦੀ ਟੈਨਸ਼ਨ 'ਚ ਡੈਡੀ ਨੇ ਨਹੀਂ ਬੋਲੂ ਭਾਜੀ ਮਾੜਾ ਜੀ ਬੋਲੂ ਥੋੜਾ ਉੱਚੀ ਬੋਲੂ। ਮੰਮੀ ਦੀ ਟੈਨਸ਼ਨ 'ਚ ਉਹਨਾਂ ਨੇ ਇੱਦਾਂ ਕੀਤਾ। ਜੇ ਤੁਹਾਡੇ ਫਾਦਰ ਸੀ ਨਾ, ਨਹੀਂ ਤੁਹਾਨੂੰ ਗੱਲ ਕਰਦੇ ਸੀਗੇ ਕੋਈ ਕੋਈ ਸਾਂਝੀ ਕਰਦੇ ਸੀ ਤੁਹਾਡੇ ਨਾਲ ਗੱਲਬਾਤ? ਮੰਮੀ ਨਾਲ ਜਿੱਦਾਂ ਮਤਲਬ ਮੰਮੀ ਦਾ ਫੋਨ ਆਉਂਦਾ ਹੁੰਦਾ ਸੀ ਜੀ, ਉਹਨਾਂ ਨਾਲ ਥੋੜ੍ਹੀ ਬਹੁਤੀ ਗੱਲ ਹੁੰਦੀ ਸੀ, ਬਾਅਦ 'ਚ ਉਹਨਾਂ ਨੇ ਬਿਲਕੁਲ ਹੀ ਫੋਨ ਬੰਦ ਕਰਤਾ ਕਰਨਾ। ਕਿੰਨੇ ਦਿਨਾਂ ਤੋਂ ਘਰ ਨਹੀਂ ਸੀਗੇ? ਕਿੱਥੇ ਰਹਿੰਦੇ ਸੀਗੇ ਮਾਤਾ ਜੀ? ਹਾਂਜੀ, ਲੁਧਿਆਣੇ ਰਹਿੰਦੇ ਸੀ। ਕਿੰਨੇ ਟਾਈਮ ਲੁਧਿਆਣੇ? ਕਿਹਦੇ ਕੋਲ ਰਹਿੰਦੇ ਸੀ? ਕੌਣ ਰਹਿੰਦਾ ਲੁਧਿਆਣੇ ਉਹਨਾਂ ਦਾ? ਲੁਧਿਆਣੇ ਜਿੱਦਾਂ ਉੱਥੇ ਫੈਕਟਰੀ ਆ ਨਾ, ਉੱਥੇ ਕੰਮ ਤੇ ਗਏ। ਇਹਨਾਂ ਦਾ ਵੱਖ ਹੋਇਆ ਨੂੰ ਕਿੰਨਾ ਟਾਈਮ ਹੋ ਗਿਆ ਜੀ? ਇੱਥੋਂ ਅਲੱਗ ਹੋਏ ਕਿੰਨਾ ਟਾਈਮ ਹੋਇਆ? 8 ਮਹੀਨੇ ਹੋ ਚੁੱਕੇ। ਉਹਦੇ ਵਿੱਚ ਕਦੀ ਆਏ ਗਏ ਮਿਲੇ ਕਦੀ? ਨਹੀਂ ਕਦੇ। ਅੱਜ ਜਿਹੜਾ ਸੁਸਾਇਡ ਨੂੰ ਪਤਾ ਕਰਨਾ ਕਿ ਤੁਹਾਨੂੰ ਪਤਾ ਨਹੀਂ ਕਰਨਾ ਨੇ ਕੀਤਾ ਕਹਿਣਾ ਆਪਣੀ ਵਾਈਫ ਦਾ ਨਾਂ ਲਾਇਆ ਨੇ ਤੇ ਉਹਦੇ ਸਹੁਰਿਆਂ ਦੇ ਆਪਣਾ ਸੱਸ ਦਾਦੇ ਉਹਦੇ ਇੱਕ ਹੋਰ ਚਾਚਾ ਸਹੁਰਾ ਹੈਗਾ ਉਹਦਾ ਨਾਂ ਲੈਂਦੇ ਨੇ ਜੀ। ਉਹਨਾਂ ਦਾ ਤੰਗ ਸੀਗਾ, ਇਸ ਤੋਂ ਤੰਗ ਆ ਕੇ ਇਹਨੇ ਸੁਸਾਈਡ ਕਰ ਲਿਆ। ਪਿੰਡ ਕਿਹੜੇ ਸਰ ਜੀ? ਇਹਨਾਂ ਦਾ ਪਿੰਡ ਪਰਤਾਪੁਰ ਹੈ ਪਿੱਛੋਂ। ਅੱਛਾ। ਇੱਥੇ ਰਹਿ ਰਹੇ 19 ਸਾਲਾਂ ਤੋਂ ਇੱਥੇ ਮਿਲੇ। ਜੀਪ ਕੰਪਨੀ ਉੱਥੇ ਸਫਾਈ ਸੇਵਕ ਦਾ ਕੰਮ ਕਰਦਾ ਸੀ। ਸਰ ਕਿੰਨੀ ਏਜ ਆ ਵਿਅਕਤੀ ਦੀ? 37 ਸਾਲ ਏਜ ਹੈ। ਇਹਦੇ 3 ਬੱਚੇ ਨੇ, 2 ਮੁੰਡੇ ਨੇ, 1 ਕੁੜੀ ਹੈ ਛੋਟੀ ਜੀ। ਛੋਟੀ ਕੁੜੀ ਇਹਦੀ ਜਿਹੜੀ ਘਰ ਵਾਲੀ ਹੈ ਕੋਮਲ, ਉਹ ਆਪਣੇ ਨਾਲ ਲੈ ਗਈ 8-9 ਮਹੀਨੇ ਦਾ ਅਤੇ ਉਹ ਤੋਂ ਪਰੇਸ਼ਾਨ ਸੀ ਆਪਣੀ ਘਰ ਵਾਲੀ ਤੋਂ, ਤੰਗ ਹੋ ਕੇ ਇਹਨੇ ਸੁਸਾਈਡ ਕਰ ਲਿਆ। ਇਹ ਸੁਸਾਈਡ ਨੋਟ 'ਚ ਸਾਨੂੰ ਲਿਖਿਆ ਮਿਲਿਆ। ਜੋ ਹੁਣ ਸਟੇਟਮੈਂਟ ਹੋਏਗੀ ਜਿਵੇਂ ਇਹਦੇ ਘਰ ਦੇ ਦਿਖਾਉਣਗੇ, ਉਸ ਹਿਸਾਬ ਨਾਲ ਕਾਰਵਾਈ ਕਰ ਦਿੱਤੀ ਜਾਊਗੀ।